ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਇਹ ਵੀਡੀਓ ਮੁੱਲਾਪੁਰ ਦਾਖਾ ਦਾ ਹੈ, ਜਿੱਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕੈਪਟਨ ਸੰਦੀਪ ਸੰਧੂ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਲਈ ਇੱਕ ਰੋਡ ਸ਼ੋਅ ਦੌਰਾਨ ਇੱਕ ਵਾਕਿਆ ਬੀਤ ਗਿਆ। ਜਾਣਕਾਰੀ ਮੁਤਾਬਿਕ ਇਸ ਰੋਡ ਸ਼ੋਅ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਇੱਕ ਬੱਸ ਦੇ ਉੱਪਰ ਬੈਠ ਕੇ ਚੋਣ ਪ੍ਰਚਾਰ ਕਰ ਰਹੇ ਸਨ ਤਾਂ ਸੜਕਾਂ 'ਤੇ ਲਗਾਈਆਂ ਗਈਆਂ ਝੰਡੀਆਂ ਦੀਆਂ ਰੱਸੀਆਂ ਵਿੱਚ ਉਹਨਾਂ ਦੀ ਦਸਤਾਰ ਫਸ ਕੇ ਉਤਰ ਗਈ। ਹਾਲਾਂਕਿ ਇਸ ਦੌਰਾਨ ਕੈਪਟਨ ਸਾਹਿਬ ਦਾ ਇਹ ਕਾਫਲਾ ਕੁਝ ਸਮੇਂ ਲਈ ਰੁਕ ਗਿਆ, ਪਰ ਕੁਝ ਸਮੇਂ ਬਾਅਦ ਕੈਪਟਨ ਸਾਹਿਬ ਵੱਲੋਂ ਦਸਤਾਰ ਦੁਬਾਰਾ ਸਜਾਉਣ ਨਾਲ ਇਸ ਕਾਫਲੇ ਨੂੰ ਸ਼ੁਰੂ ਕੀਤਾ ਗਿਆ। ਬਿਊਰੋ ਰਿਪੋਰਟ, ਏਵਰ ਪੰਜਾਬੀ ਟੀਵੀ।